ਸਤਿ ਸ਼੍ਰੀ ਅਕਾਲ ਜੀ ਬਹੁਤ ਟਾਈਮ ਹੋ ਗਿਆ ਅਸੀਂ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਅਤੇ ਅੱਜ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਖਾਸ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹ ਰਹੀ ਹਾਂ ਉਹਨਾਂ ਲੋਕਾਂ ਵਾਸਤੇ ਇਨਫੋਰਮੇਸ਼ਨ ਹੈ ਜਿਨ੍ਹਾਂ ਦੇ ਕੇਸ ਡਿਸਮਿਸ ਹੋ ਗਏ ਨੇ ਕੋਰਟ ਵਿੱਚੋਂ ਡਿਸਮਿਸ ਕਰ ਦਿੱਤੇ ਗਏ ਨੇ ਨਾਓ ਜਦੋਂ ਆਪਾਂ ਡਿਸਮਿਸਲ ਲੈ ਲੈਂਦੇ ਹਾਂ ਕੋਰਟ ਕੋਲ ਚਾਹੇ ਉਹ ਜੁਆਇੰਟ ਮੋਸ਼ਨ ਦੇ ਥਰੂ ਹੈ ਚਾਹੇ ਜੱਜ ਨੇ ਖੁਦ ਡਿਸਮਿਸ ਕਰ ਦਿੱਤਾ ਇਕੱਲਾ ਸਰਕਾਰੀ ਵਿਭਾਗ ਦੇ ਕਹਿਣ ਦੇ ਉੱਤੇ ਅਤੇ ਪ੍ਰੋਬਲਮ ਇਹ ਹੋ ਰਹੀ ਹੈ ਕਿ ਜਿਹੜੇ ਡਿਸਮਿਸਲ ਹੋ ਰਹੇ ਨੇ ਇਹਨਾਂ ਕੇਸਿਸ ਦੇ ਅਤੇ ਸਾਨੂੰ ਕਿਹਾ ਜਾ ਰਿਹਾ ਕਿ ਜੀ ਤੁਸੀਂ ਦੁਬਾਰਾ ਤੋਂ ਕੇਸ ਲਾ ਸਕਦੇ ਹੋ ਯੂ ਐਸ ਸੀ ਐਸ ਦੇ ਕੋਲ ਅਤੇ ਤੁਹਾਡੀ ਸੁਣਵਾਈ ਹੋ ਜਾਏਗੀ ਇੱਥੇ ਵੀ ਇੱਕ ਪ੍ਰੋਬਲਮ ਹੋ ਰਹੀ ਹੈ ਯੂ ਐਸ ਸੀ ਐਸ ਇਹਨਾਂ ਐਪਲੀਕੇਸ਼ਨਸ ਨੂੰ ਰਿਜੈਕਟ ਕਰ ਰਹੀ ਹੈ ਰਿਜੈਕਟ ਕਿਉਂ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਟਰਮੀਨੇਟ ਨਹੀਂ ਹੈਗੇ ਕੇਸ ਜੇ ਟਰਮੀਨੇਟ ਨਹੀਂ ਹੈਗੇ ਤਾਂ ਸਾਡਾ ਅਧਿਕਾਰ ਨਹੀਂ ਹੈਗਾ ਸਾਡੀ ਜੁਰਿਸਡਿਕਸ਼ਨ ਦੇ ਵਿੱਚ ਕੇਸ ਨਹੀਂ ਆਉਂਦਾ ਅਤੇ ਅਸੀਂ ਤੁਹਾਡੇ ਕੇਸ ਦੀ ਸੁਣਵਾਈ ਨਹੀਂ ਕਰ ਸਕਦੇ ਇਸ ਕਰਕੇ ਜਦੋਂ ਜੱਜ ਤੁਹਾਡੇ ਕੇਸ ਨੂੰ ਡਿਸਮਿਸ ਕਰਨ ਦੀ ਗੱਲ ਕਰਦਾ ਹੈ ਅਤੇ ਅਗਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਦੁਬਾਰਾ ਤੋਂ ਕੇਸ ਥੱਲੇ ਪਰਸੂ ਕਰਨਾ ਹੈ ਯੂ ਐਸ ਸੀ ਐਸ ਕੋਲ ਤਾਂ ਤੁਸੀਂ ਆਪਣੇ ਵਕੀਲ ਨੂੰ ਕਹਿ ਕੇ ਡਿਸਮਿਸਲ ਦੀ ਬਜਾਏ ਟਰਮੀਨੇਟ ਕਰਵਾਓ ਤਾਂ ਕਿ ਤੁਹਾਨੂੰ ਦੁਬਾਰਾ ਤੋਂ ਇਹ ਚਾਂਸ ਮਿਲ ਸਕੇ ਕੇਸ ਲਾਉਣ ਦਾ ਕਿਉਂਕਿ ਯੂ ਐਸ ਸੀ ਐਸ ਵਾਰ ਵਾਰ ਐਪਲੀਕੇਸ਼ਨ ਰਿਜੈਕਟ ਕਰ ਰਹੇ ਨੇ ਸਾਡੇ ਖੁਦ ਦੇ ਕਲਾਇੰਟਸ ਦੇ ਨਾਲ ਵੀ ਹੋਈਆਂ ਜਿੱਥੇ ਸਾਨੂੰ ਧੱਕੇ ਦੇ ਨਾਲ ਡਿਸੀਜਨ ਦਿੱਤਾ ਗਿਆ ਜੱਜ ਦੇ ਕੋਲੋਂ ਕਿ ਤੁਹਾਡਾ ਕੇਸ ਡਿਸਮਿਸ ਕਰ ਰਹੇ ਹਾਂ ਅਤੇ ਉਹ ਡਿਸਮਿਸਲ ਤੋਂ ਬਾਅਦ ਅਸੀਂ ਫਾਈਲ ਕੀਤਾ ਕੇਸ ਆਪਣੇ ਦੋ ਕਲਾਇੰਟਸ ਦਾ ਅਤੇ ਉਹ ਸਾਨੂੰ ਵਾਪਸ ਆ ਗਈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਜੁਰਿਸਡਿਕਸ਼ਨ ਨਹੀਂ ਹੈਗੀ ਕਿਉਂਕਿ ਇਹ ਟਰਮੀਨੇਟ ਨਹੀਂ ਹੈਗੇ ਕੇਸ ਸੋ ਸਾਨੂੰ ਮੋਸ਼ਨ ਫਾਈਲ ਕਰਕੇ ਟਰਮੀਨੇਟ ਕਰਵਾਉਣੇ ਪਏ ਕੇਸਿਸ ਅਤੇ ਉਹਨਾਂ ਦੇ ਕੇਸ ਸਾਨੂੰ ਦੁਬਾਰਾ ਅਤੇ ਯੂ ਐਸ ਸੀ ਐਸ ਕੋਲ ਆਉਣੇ ਪਏ ਇਹਦੇ ਨਾਲ ਕੀ ਹੁੰਦਾ ਕਿ ਬਹੁਤ ਜ਼ਿਆਦਾ ਟਾਈਮ ਖਰਾਬ ਹੋ ਜਾਂਦਾ ਹੈ ਕਿਉਂਕਿ ਅਸੀਂ ਉਹਦੇ ਬਾਰੇ ਕੁਛ ਕਰ ਨਹੀਂ ਸਕਦੇ ਸਾਨੂੰ ਉਸਦੇ ਬਾਰੇ ਪਤਾ ਨਹੀਂ ਹੋਏਗਾ ਜਿੰਨੀ ਦੇਰ ਤੱਕ ਯੂ ਐਸ ਸੀ ਐਸ ਤੁਹਾਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦਾ ਸੋ ਦ ਇੰਪੋਰਟੈਂਟ ਇਨਫੋਰਮੇਸ਼ਨ ਇਜ਼ ਕਿ ਤੁਹਾਡਾ ਕੇਸ ਡਿਸਮਿਸ ਹੋ ਗਿਆ ਅਤੇ ਜੇ ਜੱਜ ਤੁਹਾਨੂੰ ਡਿਸਮਿਸਲ ਲੈਣ ਨੂੰ ਕਹਿ ਰਿਹਾ ਡਿਸਮਿਸਲ ਦੀ ਬਜਾਏ ਤੁਸੀਂ ਟਰਮੀਨੇਟ ਕਰਵਾਓ ਕੇਸ ਨੂੰ ਟਰਮੀਨੇਟ ਕਰਵਾਉਣ ਦੇ ਨਾਲ ਤੁਸੀਂ ਯੂ ਐਸ ਸੀ ਐਸ ਕੋ ਆਪਣੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਹੈ ਦੁਬਾਰਾ ਤੋਂ ਲਾ ਸਕਦੇ ਹੋ ਅਤੇ ਟਰਮੀਨੇਟ ਕਰਵਾਉਣ ਦੇ ਨਾਲ ਇਹ ਵੀ ਫਾਇਦਾ ਕਿ ਅਗਰ ਤੁਸੀਂ ਕੋਈ ਹੋਰ ਕੇਸ ਲਾਉਣਾ ਚਾਹ ਰਹੇ ਹੋ I-130 ਦੀ ਪਟੀਸ਼ਨ ਲਾਉਣਾ ਚਾਹ ਰਹੇ ਹੋ ਜਾਂ ਵਾਹਵਾ ਦੀ ਪਟੀਸ਼ਨ ਹੈ ਤੁਹਾਡੀ ਉਹਦੇ ਵਾਸਤੇ ਵੀ ਇਹ ਬੈਟਰ ਰਹੇਗਾ ਡਿਸਮਿਸਲ ਤੋਂ ਟਰਮੀਨੇਟ ਜ਼ਿਆਦਾ ਬੈਟਰ ਰਹਿੰਦਾ ਸੋ ਟਰਾਈ ਐਂਡ ਗੈਟ ਯੂਰ ਕੇਸ ਟਰਮੀਨੇਟਡ ਡਿਸਮਿਸਲ ਦੀ ਬਜਾਏ ਆਈ ਹੋਪ ਦਿਸ ਇਜ਼ ਹੈਲਪਫੁਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ